ਅੱਗੇ ਵਧਦੇ ਹਾਂ, ਖਬਰ ਚੰਡੀਗੜ੍ਹ ਤੋਂ ਲਵਾਂਗੇ। ਚੰਡੀਗੜ੍ਹ 'ਚ ਪਾਰਕਿੰਗ ਵਿਵਾਦ ਨੂੰ ਨਗਰ ਨਿਗਮ ਨੇ ਸੁਲਝਾ ਲਿਆ ਹੈ। ਵਪਾਰੀ ਨਗਰ ਨਿਗਮ ਦੇ ਫੈਸਲੇ ਤੋਂ ਖੁਸ਼ ਨੇ। ਦਰਅਸਲ ਨਗਰ ਨਿਗਮ ਨੇ ਸੈਕਟਰ 17 ਦੀਆਂ 2 ਪਾਰਕਿੰਗਸ ਨੂੰ ਬੰਦ ਕਰ ਦਿੱਤਾ ਸੀ, ਜਿਸ ਦੇ ਵਿਰੋਧ ਵਿੱਚ ਵਪਾਰੀ ਸੜਕਾਂ ਦੇ ਨੇਤਰ ਆਏ। ਵਪਾਰੀਆਂ ਨੇ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਆਖਰਕਾਰ ਉਹਨਾਂ ਦੀ ਮੁਹਿੰਮ ਹੁਣ ਰੰਗ ਲੈ ਕੇ ਆਈ ਹੈ। ਚੰਡੀਗੜ੍ਹ ਵਿੱਚ ਪਾਰਕਿੰਗ ਦਾ ਵਿਵਾਦ ਸੁਲਝ ਗਿਆ। 5 ਦਿਨਾਂ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਵਪਾਰੀਆਂ ਦੀ ਮੁਹਿੰਮ ਰੰਗ ਲਿਆਈ ਹੈ ਅਤੇ ਆਖਰਕਾਰ ਨਗਰ ਨਿਗਮ ਨੂੰ ਝੁਕਣਾ ਪਿਆ। ਨਗਰ ਨਿਗਮ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੈਕਟਰ 17 ਦੀਆਂ 2 ਪਾਰਕਿੰਗ ਸਾਈਟਾਂ ਨੂੰ ਖੋਲ ਦਿੱਤਾ ਜਾਵੇਗਾ। ਦਰਅਸਲ ਇਹ ਫੈਸਲਾ ਬੀਜੇਪੀ ਦੇ ਚੰਡੀਗੜ੍ਹ ਸੂਬਾ ਪ੍ਰਧਾਨ ਸੰਜੇ ਟੰਡਨ ਅਤੇ ਮੇਅਰ ਅਰੁਣ ਸੂਦ ਦੀ ਬੈਠਕ ਦੇ ਬਾਅਦ ਲਿਆ ਗਿਆ। ਚੰਡੀਗੜ੍ਹ ਕੇ 17 ਸੈਕਟਰ ਮੇ ਜੋ ਸਮਾਰਟ ਸਿਟੀ ਕੇ ਮਾਧਿਅਮ ਸੇ जो उस जगह को डेवलप करने के लिए जो पार्किंग को रोका गया था, उस पार्किंग को खोलने का निर्णय किया गया और जिस दिन वो कार्य चालू किया जाएगा वहाँ पे उसकी डेवलपमेंट का, तो फिर उतनी ही जगह को रोक के ताकि वहाँ पे कार्य हो। मान्या जा रहा है कि नगर निगम ने इस यू टर्न के पीछे व्यापारियों और विरोधी दलों के नाल नाल बीजेपी के उन बड़े आगुओं का विरोध भी कम आया है जो खुल के मेयर के खिलाफ ਮੈਦਾਨ ਵਿੱਚ ਉਤਰਾਏ ਸਨ। ਇਸ ਮੁੱਦੇ ਤੇ ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਹਰਮੋਹਨ ਧਵਨ ਨੇ ਵੀ ਧਰਨੇ ਦਾ ਐਲਾਨ ਕਰ ਰੱਖਿਆ ਸੀ, ਪਰ ਇਸ ਫੈਸਲੇ ਦੇ ਬਾਅਦ ਉਹਨਾਂ ਨੇ ਆਪਣਾ ਧਰਨਾ ਵਾਪਸ ਲੈ ਲਿਆ ਹੈ। ਉੱਥੇ ਇਸ ਫੈਸਲੇ ਦੇ ਬਾਅਦ ਵਪਾਰੀ ਬੇਹੱਦ ਖੁਸ਼ ਨਜ਼ਰ ਆ ਰਹੇ ਨੇ। ਵਪਾਰੀਆਂ ਦਾ ਕਹਿਣਾ ਹੈ ਕਿ ਉਹ ਸਮਾਰਟ ਸਿਟੀ ਦੇ ਵਿਰੋਧ ਵਿੱਚ ਨਹੀਂ ਨੇ, ਪਰ ਜੋ ਫੈਸਲਾ ਲਿਆ ਗਿਆ ਸੀ ਉਹ ਗਲਤ ਸੀ। ਪਾਰਕਿੰਗ ਖੋਲਣ ਦਾ ਜਿਹੜਾ ਇਹਨਾਂ ਨੇ ਫੈਸਲਾ ਲਿੱਤਾ ਹੈ, ਆਪਾਂ ਇਹਦਾ ਸਵਾਗਤ ਕਰਦੇ ਹਾਂ, ਪਰ ਇਹ ਪਾਰਕਿੰਗ ਬੰਦ ਕਰਨ ਦਾ ਜਿਹੜਾ ਫੈਸਲਾ ਸੀ ਇਹ ਪਹਿਲਾਂ ਹੀ ਬਹੁਤ ਗਲਤ ਸੀ, ਬਿਨਾਂ ਸੋਚਿਆ ਸਮਝਿਆ ਕੰਮ ਸੀ। ਹਾਲਾਂਕਿ ਪਾਰਕਿੰਗ ਦੀ ਸਮੱਸਿਆ ਦਾ ਹੱਲ ਹੋ ਗਿਆ, ਪਰ ਨਗਰ ਨਿਗਮ ਦੇ ਅਧਿਕਾਰੀ ਵਪਾਰੀਆਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਅੱਜ ਵਪਾਰੀਆਂ ਨੂੰ ਨਗਰ ਨਿਗਮ ਦੇ ਅਧਿਕਾਰੀ ਸਮਾਰਟ ਸਿਟੀ ਦੇ ਤਹਿਤ ਸੈਕਟਰ 17 ਵਿੱਚ ਹੋਣ ਵਾਲੇ ਵਿਕਾਸ ਕੰਮਾਂ ਨੂੰ ਲੈ ਕੇ ਇੱਕ ਪ੍ਰੈਜੈਂਟੇਸ਼ਨ ਦੇਣਗੇ। ਰਵਿੰਦਰ ਸਿੰਘ, ਜ਼ੀ ਮੀਡੀਆ, ਚੰਡੀਗੜ੍ਹ।